ਸੋਹਾង ਮਹਾਰਾਜ شیر ਸਿੰਘ বিষ্ণੂ ਭਗਵਾਨੰਦੀ ਜੈ ਸੋਹਾង ਮਹਾਰਾਜ شیر ਸਿੰਘ বিষ্ণੂ ਭਗਵਾਨੰਦੀ ਜੈ ਸੋਹਾਗ ਮਹਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨੰਦੀ ਜੈ ਸਤਕਾਰ ਜੋ ਸਰਬਹਰ ਸੰਗਤ ਜੀਓ ਸਰਬਹਰ ਸੰਗਤ ਨੂੰ ਇਸ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ ਪਰਮੇਸ਼ਰ ਦੇ ਚੰਨਾਂ ਵਿੱਚ ਆਪਾਂ ਸਾਰੇ ਇਕੱਤਰ ਹੋਏ ਹਾਂ। ਨੇਕਲੰਕ ਨਾਰਾਇਣ ਨਰ ਚਵੀਂ ਅਵਤਾਰ ਦੀ ਹਰ ਬਾਣੀ ਵੀ ਆਪ ਜੀ ਨੇ ਸਰਵਣ ਕੀਤੀ ਆ ਕਿ ਪ੍ਰਮਾਤਮਾ ਨੇ ਮਾਤਲੁਕ ਤੇ ਇਹ ਖੇਡ ਕੀਤੀ ਆ। ਕਿ ਇਹ ਸੰਸਾਰ ਮੰਨਣ ਨੂੰ ਤਿਆਰ ਨਹੀਂ। ਜਿਦਾਂ ਮੇਰੇ ਵੀਰ ਨੇ ਦੱਸਿਆ ਕਿ ਚਾਰ ਯੁਗ ਕਿ ਇਸ ਤੋਂ ਪਹਿਲਾਂ ਵੀ ਮਹਾਰਾਜ ਨੇ ਕਿਹਾ ਕਿ ਇਹ ਖੇਲ ਪਹਿਲੀ ਦਹਾ ਹੋਈ ਆ। ਲekin ਜਿਹੜਾ ਅਕਸ਼ ਪਰਮੇਸ਼ਰ ਨੇ ਇੱਕ ਵਾਰੀ ਬਣਾ ਲਿਆ ਉਹਦੇ ਵਾਸਤੇ ਅੱਗੇ ਕੀ ਕਿਹਾ ਫੇਰ 994 ਚੌਕੜੀ ਯੁਗ ਬਾਦ ਪੂਰਨ ਸਿੰਘ ਦਾ ਸਰੀਰ ਫੇਰ ਜੰਮਣਾ ਜਿਸ ਵਿੱਚ ਖੇਲ ਕਰੇ ਸੂਰਾ ਸਰਬੰਗਣਾ ਕਿ 994 ਚੌਕੜੀ ਯੁਗ ਬਾਦ ਦੀ ਗੱਲ ਫੇਰ ਦੱਸ ਦਿੱਤੀ ਆ ਕਿਉਂਕਿ ਭਗਵਾਨ ਇੱਕ ਵਾਰੀ ਐਕਸ ਲੈਂਦਾ ਕਿਸੇ ਵੀਰ ਨੇ ਗੱਲ ਕੀਤੀ ਕਿ ਸਿੰਘਾਸਣ ਉਹ ਨਾ ਡਾਇਓ ਜਿਸ ਦਾ ਹੋਵੇ ਪਾਵਾ ਚੂਲ ਹਿੱਸਿਆਂ ਵਿੱਚ ਵੰਡ ਵੰਡਾਈ ਆ ਆਪਾਂ ਇਸ ਵਿਸ਼ੇ ਤੇ ਗੱਲ ਕਰਾਂਗੇ ਤੁਹਾਡੇ ਨਾਲ ਥੋੜੇ ਸਮੇਂ ਵਾਸਤੇ ਕਿ ਮਾਤ ਲੋਕ ਤੇ ਪਰਮੇਸ਼ਰ ਨੇ ਇਹ ਮਰਿਆਦਾ ਲਾਗੂ ਕੀਤੀ ਆ ਜਾਂ ਨਹੀਂ ਕੋਈ ਗੁਰਸਿੱਖ ਵੀਰ ਕਹਿੰਦਾ ਸੀ ਕਿ ਨਹੀਂ ਇਹ ਮਰਿਆਦਾ ਨਹੀਂ ਲਾਗੂ ਕੀਤੀ ਆਪਾਂ ਹਰ ਬਾਣੀ ਆਪ ਜੀ ਨੇ ਸਰਵਣ ਕਰਨਾ ਕੀ ਪਰਮੇਸ਼ਰ ਨੇ ਕਿਹਾ ਇਹ ਲਿਖਤ ਇੱਕ ਹਾਰਦ ਸੈਨਸ ਜਮਤ ਪੰਜ ਦੀ ਆ ਕੀ ਕਿਹਾ ਪਰਮੇਸ਼ਰ ਨੇ ਸਤਗੁਰ ਸ਼ਬਦ ਕਹੇ ਚਾਰ ਯੁਗ ਦੇ ਭਗਤ ਹੋਣ ਮੇਰੇ ਚਾਰ ਸ਼ਫੇਰੇ ਚਾਰੋਂ ਕੁੰਟ ਸੋਭਾ ਪਾਈ ਆ ਪਿਆਰ ਮੁਹੱਬਤ ਬਵਾਲੇ ਪਾਵਣ ਕੇਰੇ ਚਾਰੇ ਕੁੰਟਾਂ ਵਜੇ ਵਧਾਈ ਆ ਦੂਰ ਦਰਾਡੇ ਆਵਣ ਨੇੜੇ ਸੱਚ ਦਵਾਰੇ ਸੋਭਾ ਪਾਈ ਆ ਦੀਨ ਮਜਬ ਦਾ ਕਰੇ ਕੋਏ ਨਾ ਝੇੜੇ ਝਗੜਾ ਛੱਡੇ ਕੂੜ ਲਕਾਈ ਆ ਸਾਰੇ ਕਹਿਣ ਅਸੀਂ ਵਸੀਏ ਭਗਤ ਜਨਾਂ ਦੇ ਖੇੜੇ ਖੰਡ ਬ੍ਰਹਮੰਡ ਤਿਜਾਈ ਆ ਕਲਯੁਗ ਮਿਲੇ ਪ੍ਰਭੂ ਨੂੰ ਜਿਹੜੇ ਕਲਯੁਗ ਮਿਲੇ ਪ੍ਰਭੂ ਨੂੰ ਜਿਹੜੇ ਜੀਵਨ ਜੁਗਤ ਜਗਤ ਬਦਲਾਈ ਆ ਜੋਤੀ ਜੋ ਸਰੂਪਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਮੇਲਾ ਦਏ ਮਲਾਈਆ ਸੱਚ ਮੇਲਾ ਆਪ ਮਲਾਵਾਂਗਾ ਪਰਮੇਸ਼ਰ ਕੀ ਕਹਿ ਰਿਹਾ ਸੱਚ ਮੇਲਾ ਆਪ ਮਲਾਵਾਂਗਾ ਭਗਤ ਉਸ ਹੇਲੇ ਰੰਗ ਰੰਗਾਵਾਂਗਾ ਹਾੜ 17 ਨੂਰ ਚਮਕਾਵਾਂਗਾ ਇੱਕ ਹਾੜ ਦੀ ਲਿਖਤਿਆ 17 ਹਾੜ ਦਾ ਵੇਰਵਾ ਜਿੱਦਾਂ 26 ਪੋ ਵਾਸਤੇ ਵੀ ਪਹਿਲਾਂ ਤੋਂ ਹੀ ਲਿਖਤਾ ਸ਼ੁਰੂ ਹੋ ਜਾਂਦੀਆਂ ਸੀ ਤੇ 17 ਹਾੜ ਵਾਸਤੇ ਵੀ ਪਹਿਲਾਂ ਤੋਂ ਹੀ ਲਿਖਤਾ ਸ਼ੁਰੂ ਹੋ ਜਾਂਦੀਆਂ ਸੀ ਇੱਥੇ ਵੀ ਗੱਲ ਇੱਕ ਹਾੜ ਨੂੰ ਹੀ ਕੀਤੀ ਪਰਮਿਸ਼ਨ ਨੇ 17 ਹਾੜ 17 ਨੂਰ ਚਮਕਾਵਾਂਗਾ ਜੋਤੀ ਜਾਤਾ ਡਗ ਮਗਾਵਾਂਗਾ ਪੁਰਖ ਬਧਾਤਾ ਨਾਂ ਧਰਾਵਾਂਗਾ ਜਗਤ ਗਿਆਤਾ ਇੱਕ ਅਖਵਾਵਾਂਗਾ ਭਗਤ ਸੁਹੇਲੇ ਗੋਦ ਟਕਾਵਾਂਗਾ ਮਾਤ ਪਿਤ ਨਾਮ ਉਪਜਾਵਾਂਗਾ ਕਰਕੇ ਸਾਚਾ ਹਿੱਤ ਰੰਗ ਰੰਗਾਵਾਂਗਾ ਕਰਕੇ ਖੇਲ ਨੇਤ ਨਵਿੱਤ ਵੇਸ ਵਟਾਵਾਂਗਾ ਨਿਤ ਤੇ ਨਵਿੱਤ ਅਗਲਾ ਲੇਖਾ ਸਬਦਾ ਲਿਖ ਪਿਛਲਾ ਜਨਮ ਕਰਮ ਗਵਾਵਾਂਗਾ ਪਿਛਲਾ ਜਨਮ ਕਰਮ ਖਤਮ ਕਰ ਦਿੱਤਾ ਪਰਮੇਸ਼ਰ ਨੇ ਅਗਲਾ ਜਨ ਭਗਤਾਂ ਦਾ ਲੇਖ ਲਿਖਿਆ ਜਨ ਭਗਤ ਸੁਹੇਲੇ ਬਣਾ ਕੇ ਧੁਰ ਦੇ ਸਿੱਖ ਸਿੱਖੀ ਮਸਤਕ ਉੱਤੇ ਟਿਕਾਵਾਂਗਾ ਜਨ ਭਗਤੋ ਪੂਜਣਾ ਨਹੀਂ ਕੋਈ ਪੱਥਰ ਇੱਟ ਇਹ ਜਨ ਭਗਤਾਂ ਸਾਰਿਆਂ ਨੂੰ ਪਰਮੇਸ਼ਰ ਨੇ ਸਿੱਖਿਆ ਦੇ ਦਿੱਤੀ ਆਪਾਂ ਇਹੀ ਸਿੱਖਿਆ ਗ੍ਰਹਿਣ ਕਰਨੀ ਆ ਇਹ ਸਾਰੀ ਸਿੱਖਿਆ ਹੀ ਆ ਜਨ ਭਗਤੋ ਪੂਜਣਾ ਨਹੀਂ ਕੋਈ ਪੱਥਰ ਇੱਟ ਸੱਲ ਪਾਹਨ ਕੋਲੋਂ ਛੜਾਵਾਂਗਾ ਪੁਰਖਾ ਕਾਲ ਮੰਨਣਾ ਇੱਕ ਪੁਰਖਾ ਕਾਲ ਮੰਨਣਾ ਇੱਕ ਦੂਜਾ ਇਸ਼ਟਨਾ ਕੋਈ ਦਰਸਾਵਾਂਗਾ ਜੋ ਹਰ ਘਟ ਰਿਹਾ ਦਿਸ ਕਿਹੜਾ ਇਸ਼ਟ ਪਰਮੇਸ਼ਰ ਨੇ ਕਿਹਾ ਜੋ ਹਰ ਘਟ ਰਿਹਾ ਦਿਸ ਜੋਤ ਨੂਰ ਦਰਸਾਵਾਂਗਾ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਕਰਨੀ ਕਾਰ ਕਮਾਵਾਂਗਾ ਸਤਗੁਰ ਸ਼ਬਦ ਕਹੇ ਨੌ ਵਾਰ ਵਰਸੋਣੇ ਫੂਲ ਗੁਲ ਗੁਲਸ਼ਨ ਨਾਲ ਮਹਿਕਾਈ ਆ ਮੁੱਖੋ ਕਹਿਣਾ ਧਰਮ ਦਾ ਹੋਏ ਅਸੂਲ ਮੁੱਖੋ ਕਹਿਣਾ ਧਰਮ ਦਾ ਹੋਏ ਅਸੂਲ ਅਸਲ ਅਸਲ ਮਿਲੇ ਵੜੇ ਆਈ ਆ ਸੈਬ ਸਤਗੁਰ ਨਾ ਜਾਏ ਭੂਲ ਸਹਿਬ ਸਤਗੁਰਨਾ ਜਾਏ ਭੂਲ ਅ ਭੁੱਲ ਦੇ ਆ ਕਮਾਈਆ ਸਭ ਨੇ ਲੈਣਾ ਕਰਨਾ ਵਸੂਲ ਵਸਲ ਯਾਰ ਦੇ ਵੇਖੋदाई ਆ ਹੁਕਮ ਸੁਣਨਾ ਇੱਕ ਮਕੂਲ ਮਿਹਰਬਾਨ ਆਪ ਦਾ ਰੜਾਈ ਆ ਸਿੰਘਾਸਨ ਉਹ ਨਾ ਡਾਇਓ ਜਿਸ ਦਾ ਹੋਵੇ ਪਾਵਾ ਚੂਲ ਸਿੰਘਾਸਨ ਉਹ ਨਾ ਡਾਇਓ ਅੱਗੇ ਗੱਲ ਹੋਣੀ ਕਿ ਕਦੋਂ ਦੀ ਗੱਲ ਕੀਤੀ ਗਈ ਆ ਜਿਸ ਦਾ ਹੋਵੇ ਪਾਵਾ ਚੂਲ ਹਿੱਸਿਆਂ ਵਿੱਚ ਵੰਡ ਵੰਡਾਈ ਆ ਸੱਚ ਦਰਬਾਰ ਦਾ ਨਾ ਕੋਈ ਅਰਜ ਤੇ ਨਾ ਕੋਈ ਤੂਲ ਮੁਸਤ ਤੀਲ ਹੱਕ ਨਾ ਕੋਈ ਰਖਾਈ ਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਸਾਦ ਆਪਣਾ ਹੁਕਮ ਵਰਤਾਈ ਆ ਸਤਗੁਰ ਸ਼ਬਦ ਕਹੇ ਨਾ ਕੋਈ ਬਣਾਇਓ ਥੜਾ ਨਾਲ ਹੋਰ ਵੀ ਕੀ ਹੁਕਮ ਦੇ ਦਿੱਤਾ ਸਤਗੁਰ ਸ਼ਬਦ ਕਹੇ ਨਾ ਕੋਈ ਬਣਾਇਓ ਥੜਾ ਪੱਥਰ ਇੱਟਾਂ ਵੰਡ ਵੰਡਾਈ ਆ ਨਾ ਕੋਈ ਖੋਦਿਓ ਗੜਾ ਧੂਣੀਆਂ ਵਾਲਾ ਰੂਪ ਦਰਸਾਈਆ ਵੀ ਧੂਣੀਆਂ ਵਾਲਾ ਰੂ ਗੜਾ ਬਣਾ ਕੇ ਉਹ ਵੀ ਨਹੀਂ ਕੰਮ ਕਰਨਾ ਨਾ ਕੋਈ ਬਣਾਇਓ ਮੱਠ ਮੜਾ ਨਾ ਸੰਘਾਸਨ ਡਾਉਣ ਦੀ ਪਹਿਲਾਂ ਗੱਲ ਆਈ ਆ ਨਾ ਥੜੇ ਦੀ ਨਾ ਸੰਘਾਸਨ ਡਾਉਣਾ ਨਾ ਥੜਾ ਬਣਾਉਣਾ ਨਾ ਕੋਈ ਬਣਾਇਓ ਮੱਠ ਮੜਾ ਆਪਣੀ ਸ਼ਾਨ ਜਨਾਈ ਆ ਤੇ ਫਿਰ ਕਰਨਾ ਕੀ ਇੱਕ ਥਾਂ ਸਹੋਣਾ ਰੜਾ ਇੱਕ ਥਾਂ ਸਹੋਣਾ ਰੜਾ ਸੋਹਣਾ ਸੁਥਰਾ ਸਾਫ ਬਣਾਈ ਆ 11 ਹਾੜ ਨੂੰ ਉਥੇ ਪੁਰਖ ਕਾਲ ਹੋਵੇ ਖੜਾ ਇਹ ਕਦੋਂ ਦੀ ਗੱਲ ਕੀਤੀ ਵੀ ਸੰਗਾਸਨ ਨਹੀਂ ਡੋਣਾ ਪੱਕੇ ਦੀ ਗੱਲ ਨਹੀਂ ਕੀਤੀ ਇਹ ਕਹਾੜ ਨੂੰ ਲਿਖਤੋਈ ਵੀ 11 ਹਾੜ ਨੂੰ ਤੁਸੀਂ ਕੀ ਕਰਨਾ ਵਾ ਅਗਲੇ ਸਮੇਂ ਦੀ ਗੱਲ ਦਸੀ 11 ਹਾੜ ਨੂੰ ਫਿਰ ਕੀ ਕੀਤਾ ਉਹ ਵੀ ਥੋੜਾ ਜਿਹਾ ਆਪ ਜੀ ਦੇ ਨਾਲ ਸਾਂਝਾ ਕਰਾਂਗੇ 11 ਹੜ ਨੂੰ ਉੱਥੇ ਪੁਰਖ ਕਾਲ ਹੋਵੇ ਖੜਾ ਅਗਲਾ ਹੁਕਮ ਫੇਰ ਸਮਝਾਈਆ ਨਾਲ ਦੱਸ ਦਿੱਤਾ ਵੀ ਅਗਲਾ ਹੁਕਮ ਫੇਰ ਉਦਨ 11 ਹੜ ਨੂੰ ਦੱਸਾਂਗਾ ਸਮਝਾਈਆ ਇੱਕ ਫੜ ਕੇ ਲਿਆਉਣਾ ਕੋਲ ਚਿੜੀ ਚਿੜਾ ਜਿਸ ਦੀ ਰਾਮ ਦਏ ਗਵਾਈਆ ਚਿੜੀ ਚਿੜੇ ਦਾ ਵੀ ਲੇਖ ਹੁੰਦਾ ਰਾਮ ਦੇ ਸਮੇਂ ਦਾ ਲੈਣਾ ਦੇਣਾ ਸੀ ਆਪਾਂ ਉਸ ਪਾਸੇ ਨਹੀਂ ਜਾਵਾਂਗੇ 9 ਹੱਥ ਦਾ ਹੋਵੇ ਪਿੜਾ ਚਾਰੋਂ ਕੁੰਟ ਸੋਭਾ ਪਾਈਆ ਫੂਲਨ ਗੁਲਦਸਤਾ ਹੋਵੇ ਖਿੜਾ 21 ਗੁੱਲ ਰੰਗ ਰੰਗਾਈਆ ਜੋਤੀ ਜੋ ਸਰੂਪ ਆਰਾਪ ਆਪਣੀ ਕਿਰਪਾ ਕਰ ਸੱਚ ਮੇਲਾ ਲੈ ਮਲਾਈਆ ਅਗੇ ਸਤਗੁਰ ਸ਼ਬਦ ਕਹੇ ਮੈਂ ਹੁਕਮ ਦੇਣਾ ਸਖਤ ਇਹ ਵੀ ਇੱਕ ਹਾੜ ਦੀ ਲਿਖਤ ਦੇ ਵਿੱਚ ਲਾਸਤੀਆਂ ਲੈਣਾ ਦੇ ਵਿੱਚ 17 ਹਾੜ ਦੀ ਗੱਲ ਕਰ ਦਿੱਤੀ ਨਾਲ 11 ਹਾੜ ਦੀ ਗੱਲ ਕੀ ਕੀਤੀ ਉਹ ਦੱਸਦੇ ਆ ਲੇਕਿਨ 17 ਹਾੜ ਦੀ ਗੱਲ ਵੀ ਕੀਤੀ ਆ ਸਤਗੁਰ ਸ਼ਬਦ ਕਹੇ ਮੈਂ ਹੁਕਮ ਦੇਣਾ ਸਖਤ ਸਖਤ ਹੁਕਮ ਸੁਣੋ ਸਾਰੇ ਕੀ ਆ ਸ਼ਕਤੀ ਨਾਲ ਦਰੜਾਈਆ ਸਾਰੇ ਜਾਣਦੇ ਆ ਕਿ ਸ਼ਕਤੀ ਦਾ ਹੁਕਮ ਕਿਹੜਾ ਹੁੰਦਾ ਜਿਹੜਾ ਮੰਨਣਾ ਹੀ ਪੈਣਾ ਨਾ ਮੰਨੋਗੇ ਤਦ ਵੀ ਮਨਾਉਣਾ ਮਨਾਉਣਾ ਸ਼ਕਤੀ ਨਾਲ ਦਰੜਾਈਆ ਕਿਹੋ ਜਿਹਾ ਬਣਾਉਣਾ ਤਖਤ ਕਵਣ ਧਾਰ ਸੁਹਾਈ ਆ ਇਹ ਤਖਤ ਕਿਹੜੇ ਦੀ ਗੱਲ ਕੀਤੀ ਗਈ ਸੰਘਾਸਣ ਦੀ 17 ਹਾੜ ਦੀ ਗੱਲ ਪਹਿਲਾਂ 11 ਹਾੜ ਦੀ ਗੱਲ ਕੀਤੀ ਹੁਣ 17 ਹਾੜ ਦੀ ਕਵਣ ਧਾਰ ਸੁਹਾਈ ਆ ਕਿਸ ਵਿਧ ਸੁਹੋਣਾ ਵਕਤ ਵੇਲਾ ਦੇ ਗਵਾਈ ਆ ਜਨ ਭਗਤੋ ਇਹ ਇੱਕੋ ਦਿਨ ਨਾਮ ਨੋ ਚਾਰ ਪਿਛੋਂ ਆਇਆ ਜਗਤ 994 ਚੌਗੜੀ ਯੁੱਗ ਪਿਛੋਂ ਇੱਕੋ ਦਿਨ ਆਇਆ ਜਗਤ ਜਗ ਜੀਵਨ ਦਾਤਾ ਦੇ ਦੜਾਈਆ ਤੁਹਾਡੇ ਸਾਹਮਣੇ ਗੁਰੇ ਅਵਤਾਰ ਪੈਗੰਬਰਾਂ ਪੂਰੀ ਕਰਨੀ ਸ਼ਰਤ ਸ਼ਰ੍ਹਾ ਦੇਣੀ ਬਦਲਾਈਆ ਪਰਮੇਸ਼ਰ ਨੇ ਸ਼ਰ੍ਹਾ ਖਤਮ ਕਰ ਦਿੱਤੀ ਸ਼ਰ੍ਹਾ ਦੇਣੀ ਬਦਲਾਈਆ ਪਿਛਲੀ ਸਾਰੀ ਹੁਣ ਅੱਗੇ ਨਹੀਂ ਆਪਾਂ ਰੱਖਣੀ ਤੁਹਾਡਾ ਮੇਲਾ ਮੇਲ ਕੇ ਉੱਪਰ ਧਰਤ ਧਰਤ ਤੋਂ ਅਰਸ਼ ਦਿਨਾ ਟਿਕਾਈਆ ਪਹਿਲਾ ਮੇਲਾ ਕਿੱਥੇ ਕੀਤਾ ਪਰਮੇਸ਼ਰ ਨੇ ਧਰਤੀ ਤੇ ਫਿਰ ਅਰਸ਼ ਦੇ ਨਾਲ ਜੋੜਿਆ ਸਾਨੂੰ ਅਕਾਲ ਪੁਰਖ ਨੇ ਆਪਣੇ ਉਹਦੇ ਨਾਲ ਪਹਿਲਾਂ ਧਰਤੀ ਦੇ ਪ੍ਰਮਾਤਮਾ ਨੇ ਪ੍ਰਗਟ ਹੋ ਕੇ ਜਨ ਭਗਤਾਂ ਦਾ ਮੇਲਾ ਕੀਤਾ ਤੁਹਾਡਾ ਮੇਲਾ ਮੇਲ ਕੇ ਉੱਪਰ ਧਰਤ ਧਰਤ ਤੋਂ ਅਰਸ਼ ਦਿਨਾ ਟਿਕਾਈਆ ਜੋਤੀ ਜੋ ਸਰੂਪ ਹਰ ਆਪ ਆਪਣੀ ਕਿਰਪਾ ਕਰ ਸੱਚ ਦਰ ਦਏ ਵੜਿਆਈ ਆ ਸਮਤ ਪੰਜ ਕਏ ਤਖਤ ਸੁਹਾਏ ਇੱਕ 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 ਜਣਾਈ ਆ ਜਿਸ ਦੀ ਧਾਰ ਨੂੰ ਗੋਬਿੰਦ ਗਿਆ ਲਿਖ ਸਹਿਬ ਦਸ਼ਮੇਸ਼ ਪਿਤਾ ਨੇ ਲਿਖਿਆ ਨੌ ਅਖਰਾਂ ਵੰਡ ਵੰਡਾਈ ਆ RAM ਪਾ ਕੇ ਹਿੱਸ ਬਲਿਸ਼ਤਾ ਵਿੱਚ ਗਣਾਈ ਆ ਜੋਤੀ ਜੋਸ ਰੂਪਰ ਆਪ ਆਪਣੀ ਕਿਰਪਾ ਕਰ ਸੱਚ ਕਰਨੀ ਕਾਰ ਕਮਾਈ ਆ 11 ਹਾੜ ਦੀ ਸਿਰਫ ਦੋ ਕੁ ਲੈਣਾ ਮੈਂ ਦੱਸਾਂਗਾ ਜਦੋਂ ਸਟਾਰਟਿੰਗ ਜਿੱਥੋਂ ਲਿਫਟ ਸ਼ੁਰੂ ਹੁੰਦੀ ਆ ਕਿਉਂਕਿ 11 ਹਾੜ ਨੂੰ ਖਾਸ ਵਿਹਾਰ ਸੀ 11 ਹਾੜ ਕਹੇ ਇੱਕ ਦਾ ਇੱਕ ਨਾਲ ਹੋਇਆ ਮਿਲਾਪ ਮਿਲ-ਮਿਲ ਵਜੀ ਵਿਧਾਈਆ ਅਸੀਂ ਸਾਰੇ ਵੀ ਕੱਲੇ-ਕੱਲੇ ਇੱਕ-ਇੱਕ ਕਰਕੇ ਆ ਤੇ ਇੱਕ ਦੇ ਨਾਲ ਮੇਲ ਹੋਇਆ ਮਿਲ-ਮਿਲ ਵਜੀ ਵਿਧਾਈਆ ਇੱਕ ਦਾ ਇੱਕ ਬਣਿਆ ਬਾਪ ਇੱਕ ਦਾ ਇੱਕ ਬਣਿਆ ਬਾਪ ਇੱਕ ਦਾ ਇੱਕ ਪਿਤਾ ਪੁੱਤ ਖਵਾਈਆ ਇੱਕ ਦਾ ਇੱਕ ਹੋਇਆ ਜਾਪ ਇੱਕ ਦਾ ਇੱਕ ਹੋਇਆ ਜਾਪ ਇੱਕ ਦਾ ਇੱਕ ਢੋਲਾ ਗਾਈ ਆ ਇੱਕ ਦਾ ਇੱਕ ਹੋਇਆ ਪ੍ਰਤਾਪ ਇੱਕ ਦਾ ਇੱਕ ਵੇਖ ਵਿਖਾਈ ਆ ਇੱਕ ਦਾ ਇੱਕ ਹੋਇਆ ਸਾਖ ਇੱਕ ਦਾ ਇੱਕ ਸੱਜਣ ਮੀਤ ਵੜਿਆਈ ਆ ਇੱਕ ਦਾ ਇੱਕ ਹੋਇਆ ਨਾਤ ਇੱਕ ਦਾ ਇੱਕ ਨਜ਼ਰੀ ਆਈ ਆ ਇੱਕ ਦਾ ਇੱਕ ਨਜ਼ਰੀ ਆਈ ਆ ਇੱਕ ਦਾ ਇੱਕ ਰੂਪ ਸਾਖਿਆਤ ਸਾਹਮਣੇ ਇੱਕ ਦਾ ਇੱਕ ਰੂਪ ਸਾਖਿਆਤ ਇੱਕ ਦਾ ਇੱਕ ਸੋਭਾ ਪਾਈ ਆ ਇੱਕ ਦਾ ਇੱਕ ਹੋਵੇ ਵਾਕ ਇੱਕ ਦਾ ਇੱਕ ਪੂਰ ਕਰਾਈ ਆ ਇੱਕ ਦਾ ਇੱਕ ਹੋਵੇ ਦਾਸ ਇੱਕ ਦਾ ਇੱਕ ਸੀਸ ਨਵਾਈ ਆ ਇੱਕ ਦਾ ਇੱਕ ਹੋਇਆ ਪ੍ਰਕਾਸ਼ ਇੱਕ ਦਾ ਇੱਕ ਦਇ ਵੜਿਆਈ ਆ ਇੱਕ ਦਾ ਇੱਕ ਹੋਇਆ ਸਾਥ ਇੱਕ ਦਾ ਇੱਕ ਸੰਗ ਨਭਾਈ ਆ ਇੱਕ ਦਾ ਇੱਕ ਹੋਇਆ ਵਿਸ਼ਵਾਸ ਇੱਕ ਦਾ ਇੱਕ ਵਿਸਰ ਕਦੇ ਨਾ ਜਾਈ ਆ ਇੱਕ ਦਾ ਇੱਕ ਹੋਇਆ ਆਪ ਇੱਕ ਦਾ ਇੱਕ ਆਪਣੇ ਵਿੱਚੋਂ ਪ੍ਰਗਟਾਈ ਆ ਬਾਹਰੋਂ ਹੋਰ ਕਿਤੇ ਨਹੀਂ ਇੱਕ ਦਾ ਇੱਕ ਆਪਣੇ ਵਿੱਚੋਂ ਪ੍ਰਗਟਾਈ ਆ 11 ਹਾੜ ਕਹੇ ਇੱਕ ਦਾ ਇੱਕ ਕਦੇ ਨਾ ਹੋਵੇ ਨਾਸ਼ ਜਿਹੜਾ ਇੱਕ ਉਸ ਇੱਕ ਦੇ ਨਾਲ ਜੁੜਿਆ ਉਸ ਇੱਕ ਦਾ ਕਦੇ ਨਾਸ਼ ਨਹੀਂ ਹੁੰਦਾ ਇੱਕ ਦਾ ਇੱਕ ਕਦੇ ਨਾ ਹੋਵੇ ਨਾਸ਼ ਇੱਕ ਦਾ ਇੱਕ ਸਦਾ ਸਮਾਈ ਆ ਜੋਤੀ ਜੋ ਸਰੂਪ ਰਾਪ ਆਪਣੀ ਕਿਰਪਾ ਕਰ ਕਰੇ ਖੇਲ ਧੁਰਦਾ ਹਰ ਹਰ ਕਰਤਾ ਧੁਰ ਦਰਗਾਈਆ 11 ਹਾੜ ਕਹੇ ਇੱਕ ਦਾ ਇੱਕ ਹੋਇਆ ਏਕ ਇੱਕ ਏਕ ਨਜਰੀ ਆਈਆ ਥੋੜੀ ਜੀ ਜਿਹੜੀ ਮੈਂ ਸੰਗਾਸ ਹੁੰਦੀ ਗੱਲ ਕਰਨੀ ਉਹ ਥੋੜੀ ਜੀ ਕਰਨੀ ਆ 11 ਹਾੜ ਨੂੰ ਲਾਸਟੀਆਂ ਲੈਣਾ ਦੇ ਵਿੱਚ ਮਹਾਰਾਜ ਨੇ ਜਿਹੜੀ ਕਿਹਾ ਸੀ ਕਿ ਮੈਂ 11 ਹਾੜ ਨੂੰ ਫੇਰ ਅਗਲਾ ਹੁਕਮ ਦੇਵਾਂਗਾ ਉਹ ਕੀ ਹੁਕਮ ਦਿੱਤਾ ਉਹੀ ਆਪ ਜੀ ਨੇ ਸਰਵਣ ਕਰਨਾ ਉਹਦੇ ਵਿੱਚੋਂ ਅਸੀਂ ਸਿੱਖਿਆ ਲੈਣੀ ਆ ਚਿੜੀ-ਚਿੜਾ ਵੀ ਲਿਆਂਦੇ ਸੀ ਫੜ ਕੇ ਉਹ ਵੀ ਥੋੜਾ ਜਿਹਾ ਬਿਆਨ ਕਰ ਰਹੇ ਨੇ ਚਿੜਾ ਚਿੜੀ ਚਿੜਾ ਕਹੇ ਪੰਜ ਲਖਾਰੀ 5:30 ਵਜੇ ਸਵੇਰੇ ਨਹਾ ਧੋ ਕੇ ਸਾਫ ਕਰਨਾ ਜੁੱਸਾ ਇੱਕ ਹਾੜ 11 ਹਾੜ ਤੋਂ ਹੀ ਸ਼ੁਰੂ ਹੋ ਗਿਆ ਸੀ ਕੰਮ ਇਹ ਚੱਲਣਾ ਸੀ 17 ਹਾੜ ਤੱਕ ਜਿਸਮ ਜਮੀਰ ਬਦਲਾਈ ਆ 17 ਹਾੜ ਤੱਕ ਅੰਦਰ ਆਉਣ ਨਹੀਂ ਦੇਣਾ ਗੁੱਸਾ ਪੰਜ ਲਖਾਰੀਆਂ ਨੂੰ ਕੀ ਕਿਹਾ 17 ਹਾੜ ਤੱਕ ਅੰਦਰ ਆਉਣ ਨਹੀਂ ਦੇਣਾ ਗੁੱਸਾ ਭਾਵੇਂ ਕੋਈ ਦੁੱਖ ਨਾਲ ਸਤਾਈਆ ਭਾਵੇਂ ਜਿਹੜਾ ਮਰਜੀ ਦੁੱਖ ਆ ਜੇ ਗੁੱਸਾ ਨਹੀਂ ਹੋਣਾ ਕਿਸੇ ਨੇ ਵਟ ਨਹੀਂ ਦੇਣਾ ਤਾਂ ਮੁਸ਼ਾ ਨਿਰਮਾਨਤਾ ਵਿੱਚ ਝਟ ਲੰਗਾਈ ਆ ਬਿਲਕੁਲ ਨਿਰਮਾਨਤਾ 'ਚ 5:30 ਵਜੇ ਤੋਂ ਬਾਅਦ ਰਹੇ ਕੋਈ ਨਾ ਸੁੱਤਾ 5:30 ਵਜੇ ਪਹਿਲਾਂ ਪਹਿਲਾਂ ਉੱਠ ਪੈਣਾ ਵਾ ਰੋਜ਼ ਢੇਲੀ ਆਪਣੀ ਆਪ ਲੈਣੀ ਅੰਗੜਾਈ ਆ ਗਾਨਾ ਬਨ ਕੇ ਰਖਣਾ ਨਾਲ ਗੁਟਾਂ ਮੌਲੀ ਆਪਣਾ ਤੰਦ ਬੰਧਾਈ ਆ ਜੋਤੀ ਜੋਸ ਰੂਪਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਹੁਕਮ ਇੱਕ ਸੁਣਾਈ ਆ ਸਾਚਾ ਹੁਕਮ ਕਹੇ ਜਿਹੜਾ ਮਾਰੇ ਨੇ ਕਿਹਾ ਸੀ ਕਿ ਅਗਲਾ ਹੁਕਮ ਫੇਰ ਦਸਾਂਗਾ ਉਹ ਸੱਚਾ ਹੁਕਮ ਕੀ ਆ ਇਹ ਸਰਵਣ ਕਰਨਾ ਸੱਚਾ ਸਾਚਾ ਹੁਕਮ ਕਹੇ ਪ੍ਰਭ ਦਾ ਤਖਤ ਸਹੌਣ ਉਹ ਇੱਕ ਹਾੜ ਤੋਂ ਕਿਸ ਨੇ ਲਿਖਤ ਪੜਨੀ ਹੋਵੇ ਇੱਕ ਹਾੜ ਸੰਸੀ ਸੰਮਤ ਪੰਜ ਤੋਂ ਲੈ ਕੇ 17 ਹਾਰਟ ਸਾਇੰਸ ਜਮਤ 5 ਤੱਕ ਦੀਆਂ ਸਾਰੀਆਂ ਲਿਖਤਾਂ ਇਕੱਲੇ ਬੈ ਕੇ ਜਰੂਰ ਪੜਿਓ ਪਰਮੇਸ਼ਨ ਨੇ ਬੜਾ ਕੁਝ ਉਹਨਾਂ ਦੇ ਵਿੱਚ ਬਹੁਤ ਸਿੱਖਾ ਦਿੱਤੀ ਆ ਉਹਦਾ ਤਖਤ ਕਿੱਦਾਂ ਲਾਉਣਾ ਜਿਹੜਾ ਜਿੱਥੋਂ ਇਹ ਮਰਿਆਦਾ ਬੱਜੀ ਗਈ ਵੀ ਸੰਘਾਸਨ ਲਗਾਉਣਾ ਉਹ ਸੰਘਾਸਨ ਪਹਿਲਾ ਸੰਘਾਸਨ ਫਿਰ ਉਹਦੋਂ ਕਿਸ ਤਰ੍ਹਾਂ ਲਗਾਇਆ ਗਿਆ ਸਾਚਾ ਹੁਕਮ ਕਹੇ ਪ੍ਰਭ ਦਾ ਤਖਤ ਸਹੌਣ ਉਹ ਜੋ ਔੜਕ ਆਪਣਾ ਆਪ ਭੇਟ ਕਰਾਈ ਆ ਜਿਨ੍ਹਾਂ ਨੇ ਆਪਣਾ ਭੇਟ ਕਰ ਦਿੱਤਾ ਪਰਮੇਸ਼ਰ ਦੇ ਚੰਨਾਂ ਚ ਜਿਨ੍ਹਾਂ ਦਾ लेखा ਸੀ 26 ਪੋ ਉਹ ਦਿੱਤੀ ਵਢਾਈ ਆ ਉਹ ਪੰਜਾਂ ਦਾ ਹੋਣਾ ਕਰੋ ਪੰਜਾਂ ਜਾਣਿਆਂ ਨੇ ਪੰਜਾਂ ਹਿੱਸਿਆਂ ਵਿੱਚੋਂ ਵੇਖ ਵਿਖਾਈ ਆ ਪੰਜਾਂ ਹਿੱਸਿਆਂ ਚੋਂ ਹੀ ਪੰਜ ਜਾਣੇ ਹੋਣਗੇ ਜੋਤੀ ਜੋ ਸਰੂਪਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਾਰ ਸੱਚ ਦੇਵਨ ਹਾਰ ਸ਼ਰਨਾਈ ਆ ਸਤਗੁਰ ਸ਼ਬਦ ਕਹੇ ਤਖਤ ਲੱਗਣ ਤੋਂ ਪਹਿਲਾਂ ਪੰਜ ਪਿਆਰੇ ਕਰਨ ਨਿਮਸ਼ਕਾਰ ਦੇਖੋ ਮਰਿਆਦਾ ਬੰਨੀ ਗਈ ਆ ਪਹਿਲਾਂ ਪੰਜਾਂ ਪਿਆਰਿਆਂ ਨੇ ਨਿਮਸ਼ਕਾਰ ਕੀਤੀ ਆ ਸਿੰਘਾਸਣ ਲਗਾਉਣ ਤੋਂ ਪਹਿਲਾਂ ਸ਼ਬਦ ਕਹੇ ਤਖਤ ਲੱਗਣ ਤੋਂ ਪਹਿਲਾਂ ਪੰਜ ਪਿਆਰੇ ਕਰਨ ਨਿਮਸ਼ਕਾਰ ਨਿਰਮਾਣਤਾ ਵਿੱਚ ਮੰਗ ਮੰਗਾਈ ਆ ਪੰਜੇ ਦਰਬਾਰੀ ਹੋਣ ਨਾਲ ਦਰਬਾਰੀ ਵੀ ਪੰਜ ਨਾਲ ਸੋਹਣਾ ਰੂਪ ਸੁਹਾਈ ਆ ਪੰਜੇ ਲਖਾਰੀ ਹੋ ਕੇ ਤਿਆਰ ਪੰਜ ਲਖਾਰੀ ਵੀ ਕਲਮਾ ਪੰਜ ਪੰਜ ਨਾਲ ਉਠਾਈ ਆ ਪ੍ਰਦਖਣਾ ਲੈਣ ਨਾਲ ਵਾਰ ਚਾਰ ਚਾਰ ਵਾਰੀ ਪ੍ਰਦਖਣਾ ਲਈਆਂ ਗਿਆ ਚਾਰੋਂ ਕੁੰਟ ਘੁੰਮ ਕਮਾਈ ਆ ਮੁੱਖੋਂ ਕਹਿਣ ਅਸੀਂ ਛੱਡ ਦਿੱਤਾ ਸੰਸਾਰ ਇਹ ਸੰਸਾਰ ਛੱਡ ਦਿੱਤਾ ਮੁੱਖੋਂ ਕਹਿਣਾ ਵੀ ਆ ਸੰਸਾਰੀ ਭੰਡਾਰੀ ਸ਼ਿੰਗਾਰੀ ਸੀਸ ਨਾ ਕੋਏ ਨਵਾਈ ਆ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਧੁਰਦੀ ਖੇਲ ਆਪ ਖਲਾਈਆ ਪੁਰਖ ਅਕਾਲ ਕਹੇ ਪਹਿਲਾਂ ਸਤਿਗੁਰ ਸ਼ਬਦ ਨੇ ਬਿਆਨ ਦਿੱਤਾ ਹੁਣ ਅਕਾਲ ਪੁਰਖ ਨੇ ਕਿਹਾ ਪੁਰਖ ਅਕਾਲ ਕਹੇ ਸਿੰਘਾਸਣ ਦਾ ਹੋਵੇ ਆਪਣਾ ਘੇਰਾ ਸਿੰਘਾਸਣ ਦਾ ਸਿੰਘਾਸਣ ਦਾ ਆਪਣਾ ਹੋਵੇ ਘੇਰਾ ਕਿਰਤ ਚਾਰੋਂ ਕੁੰਟ ਦੇਣਾ ਪਾਈ ਆ ਕਿਉ ਪਾਇਆ ਗਿਆ ਚਾਰੋਂ ਤਰਫ ਜਿੱਥੇ ਭਗਤਾਂ ਦਾ ਲਗਣਾ ਡੇਰਾ ਸੱਚ ਸਿੰਘਾਸਣ ਇੱਕ ਵਿਖਾਈ ਆ ਉਥੇ ਤਿੰਨਾ ਬੀਬੀਆਂ ਨੇ ਉੱਠ ਕੇ ਪਾਉਣਾ ਫੇਰਾ ਜਿਨ੍ਹਾਂ ਵਿਧਵਾ ਦੀ ਆਪਣੇ ਕੰਤ ਨਾਲੋਂ ਹੋਈ ਜੁਦਾਈ ਆ ਜੋਤੀ ਜੋ ਸਰੂਪ ਹਰ ਆਪੇ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਮਾਲਕ ਆਪ ਹੋ ਆਈਆ ਪੁਰਖ ਕਾਲ ਕਹੇ ਸੌਰੀ ਜੋਤੀ ਜੋਸ ਰੂਪਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾਰ ਸੱਚ ਦਾ ਮਲਕ ਮਾਲਕ ਆਪ ਹੋ ਆਈਆ ਸਤਗੁਰ ਸ਼ਬਦ ਕਹੇ ਤਖਤ ਦਾ ਵੇਖਣਾ ਰਾਜਾ ਜੋ ਰਾਜਨ ਰਾਜਾ ਨજર ਕਦੇ ਨਾ ਆਈਆ ਕਿਹੜਾ ਵੇਖਣਾ ਜੋ ਰਾਜਨ ਰਾਜਾ ਨજર ਕਦੇ ਨਾ ਆਈਆ ਪਹਿਲਾਂ ਕਿਸੇ ਨੂੰ ਨજર ਨਹੀਂ ਸੀ ਆਇਆ ਉਹਦਾ ਰਾਜਾ ਵੀ ਵੇਖਣਾ ਤਖਤ ਦਾ ਜਿਸਨੇ ਖੇਲ ਕਰਨਾ ਵਿੱਚ ਮਾਜਾ ਮਜਲਸ ਭਗਤਾਂ ਨਾਲ ਬਣਾਈ ਆ ਮੇਲ ਮਲਾ ਕੇ ਦਵਾਬਾ ਗੋਬਿੰਦ ਲੈਣਾ ਚੁਕਾਈ ਆ ਹੱਕ ਵਿਖਾ ਕੇ ਕਾਬਾ ਕਬਰਾਂ ਤੋਂ ਦਏ ਛਡਾਈ ਆ ਸੰਭਲ ਜਿਸਨੇ ਸਾਜਣ ਸਾਜਾ ਸੱਜਣ ਹੋ ਕੇ ਡੇਰਾ ਲਾਈ ਆ ਸ਼ਬਦੀ ਹੁਕਮ ਸਵਾਰੇ ਕਾਜਾ ਕਰਨੀ ਕਰਤਾ ਕਾਰ ਕਮਾਈ ਆ ਜਿਹੜੇ ਦੱਸਿਆ ਕਿ ਇਹ ਇੱਕ ਦਿਨ ਦਾ ਰਵਾਜ ਨਹੀਂ ਸੀ ਅੱਗੇ ਪਰਮੇਸ਼ਨ ਨੇ ਹੁਕਮ ਦਿੱਤਾ ਮੰਨਣਾ ਜਾਂ ਨਹੀਂ ਮੰਨਣਾ ਉਹ ਵੱਖਰੀ ਗੱਲ ਆ ਹੁਕਮ ਕੀ ਦਿੱਤਾ ਸ਼ਕਤੀ ਦਾ ਹੁਕਮ ਦਿੱਤਾ ਸੀ ਮਾਰੇ ਨੇ ਸਤਜਗ ਦਾ ਦੱਸੇ ਰਵਾਜਾ ਇਹ ਸਤਜਗ ਦਾ ਰਿਵਾਜ ਆ ਸਤਜਗ ਦੀ ਰੀਤੀ ਆ ਇਹ ਧਿਆਨ ਨਾਲ ਸੁੰਨਾ ਸਤਜਗ ਦਾ ਦੱਸੇ ਰਵਾਜਾ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਸੱਚ ਦਾ ਪਰਦਾ ਆਪ ਉਠਾਈਆ ਸੱਚ ਦਾ ਪਰਦਾ ਪਰਮੇਸ਼ਨ ਨੇ ਚੁਕਿਆ 11 ਹਾੜ ਕਹੇ ਮੈਂ ਰੀਤੀ ਕੀਤੀ ਸ਼ੁਰੂ ਸਿੰਘਾਸਨ ਲੱਗਣਾ 17 ਹਾੜ ਨੂੰ ਦੋ ਲੈਣਾ ਰਹਿ ਗਿਆ ਲੇਕਿਨ ਰੀਤੀ ਕਦੋਂ ਸ਼ੁਰੂ ਹੋ ਗਈ ਆ 11 ਹਾੜ ਤੋਂ ਵੈਸੇ ਦੇ ਇੱਕ ਹਾੜ ਤੋਂ ਸ਼ੁਰੂ ਹੋ ਗਿਆ ਲੇਕਿਨ 11 ਹਾੜ ਨੇ ਬਿਆਨ ਦਿੱਤਾ ਵੀ ਇਹ ਰੀਤੀ ਸ਼ੁਰੂ ਹੋ ਗਈ ਆ 11 ਹਾੜ ਕਹੇ ਮੈਂ ਰੀਤੀ ਕੀਤੀ ਸ਼ੁਰੂ ਸ਼ਰਾਂ ਵਾਲਿਓ ਦਿਆਂ ਜਣਾਈ ਆ ਸ਼ਰਾਂ ਵਾਲਿਆਂ ਸਾਰਿਆਂ ਨੂੰ ਸੰਸਾਰ ਨੂੰ ਦੱਸਤਾ ਸਾਰੀ ਕਾਇਨਾਤ ਨੂੰ ਸਭ ਦਾ ਇੱਕੋ ਖੁਦਾ ਸਭ ਦਾ ਇੱਕੋ ਖੁਦਾ ਇੱਕੋ RAM ਤੇ ਇੱਕੋ ਸਤਿਗੁਰੂ ਗੁਰੂ ਗਰੋ ਨਾ ਕੋਏ ਵਿਖਾਈ ਆ ਜਿਸ ਦਾ ਨਾਮ ਮੰਤਰ ਕਲਮਾ ਇੱਕੋ ਫਰੂ ਫੁਰਨੇ ਬੰਦ ਕਰਾਈ ਆ ਜਿਸ ਦੀ ਰਜਾ ਵਿੱਚ ਜਨ ਭਗਤ ਸਹੇਲਾ ਵਿਰਲਾ ਤੁਰੂ ਸਾਰੇ ਨਹੀਂ ਜਿਸ ਦੀ ਰਜਾ ਵਿੱਚ ਜਨ ਭਗਤ ਸਹੇਲਾ ਵਿਰਲਾ ਤੁਰੂ ਤੁਰਕ Hindu ਵੰਡ ਨਾ ਕੋਏ ਵੰਡਾਈ ਆ ਜੁਗ ਜਨਮ ਦਾ ਵਿਛੜਿਆ ਗੁਰਮੁਖ ਸੱਚਾ ਜੁੜੂ ਜੁਗ ਜਨਮ ਦਾ ਜਿਹੜਾ ਪ੍ਰਭੂ ਦੇ ਨਾਲੋਂ ਵਿਛੜਿਆ ਸੱਚਾ ਗੁਰਮੁਖ ਸੱਚਾ ਜੁੜੂ ਜੋੜੀ ਆਪਣੇ ਨਾਲ ਰਖਾਈ ਆ ਸੰਤ ਸੁਹੇਲਾ ਚਰਨ ਪ੍ਰੀਤੀ ਕਰਦਾ ਕਦੇ ਨਾ ਮੁੜੂ ਉਹ ਫਿਰ ਪਰਮੇਸ਼ਰ ਦੇ ਚਰਨਾਂ ਦੇ ਨਾਲ ਚਰਨ ਪ੍ਰੀਤੀ ਕਰਦਾ ਵਾਪਸ ਨਹੀਂ ਮੁੜੂ ਸੰਸਾਰ ਭਾਵੇਂ ਜੋ ਮਰਜੀ ਕਹੀ ਜਾਵੇ ਸੰਤ ਸੁਹੇਲਾ ਚਰਨ ਪ੍ਰੀਤੀ ਕਰਦਾ ਕਦੇ ਨਾ ਮੁੜੂ ਮੋੜਾ ਸਕੇ ਨਾ ਕੋਈ ਲਗਾਈ ਆ ਕਲਯੁਗ ਕੂੜ ਕੜਿਆਰਾ ਅੰਤਮ ਰੁੜੂ ਵਿੰਦੇ ਵੈਣ ਵਹਾਈਆ ਜੋਤੀ ਜੋ ਸਰੂਪ ਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰੇ ਜੇ ਸਾਰੀ ਖੇਲ ਪਰਮੇਸ਼ਨ ਨੇ ਕੀਤੀ ਕਿਸ ਨੇ ਨੇਕਲੰਕ ਨਾਰਾਇਣ ਨਰ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਸਭ ਦੀ ਇਕਰਾ ਕੇ ਦੁੜੂ ਦੁੜੂ ਸਭ ਦੀ ਇਕਰਾ ਕੇ ਦੁੜੂ ਦੁੜੂ ਦੋਰਾ ਆਪਣਾ ਹੁਕਮ ਵਰਤਾਈ ਆ ਸੋ ਇਹ ਸੰਗਾਸਨ ਦੀ ਮਰਿਆਦਾ ਵਾ ਜਿਹੜੀ ਪਰਮੇਸ਼ਨ ਨੇ ਰੀਤੀ ਵੀ ਦੱਸ ਦਿੱਤੀ ਰਿਵਾਜ ਵੀ ਦੱਸ ਦਿੱਤਾ ਤੇ ਸਜਾਉਣਾ ਵੀ ਕਿਸ ਤਰ੍ਹਾਂ ਪੰਜ ਗੁਰਮਖਾਨੇ ਸੀ ਝੁਕਾ ਕੇ ਨਿਰਮਾਣਤਾ ਦੇ ਨਾਲ ਸੋ ਇਹਦੇ ਨਾਲ ਹੀ ਪਰਮੇਸ਼ਰ ਦੇ ਚਰਨਾਂ 'ਚੋਂ ਸਰਬਹਾਰ ਸੰਗਤ ਦੇ ਚਰਨਾਂ 'ਚੋਂ ਜੰਮੂ ਹਰ ਸੰਗਤ ਦੇ ਚਰਨਾਂ 'ਚੋਂ ਮਾਫੀ ਚੋਣਾ ਜੇ ਕੋਈ ਸ਼ਬਦ ਵੱਦ ਘਟ ਬੋਲਿਆ ਗਿਆ ਹੋਵੇ ਤੇ ਮਾਫ ਕਰਨਾ ਜਿਕਾਰੇ ਦਾ ਸਾਹ ਦੇਣਾ ਸੋ ਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ